ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਤੁਹਾਡੇ YouTube ਚੈਨਲ ਮਾਂ ਖੇਡ ਕਬੱਡੀ ਵਿੱਚ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ, ਸਾਡਾ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਅਤੇ ਦੋਸਤੋ, ਘੰਟੇ ਦੇ ਬਟਨ ਤੇ ਵੀ ਕਲਿੱਕ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਕਰੋ ਨੋਟ, ਅੱਜ ਦੇ ਕਬੱਡੀ ਕੱਪ 28 ਦਸੰਬਰ 2022 ਦੇ ਕਿੱਥੇ ਕਿੱਥੇ ਹੋਣਗੇ। ਗੇਰਾ ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ, ਜਿੱਥੇ ਦੋਸਤੋ ਓਪਨ ਦਾ ਵੱਡਾ ਕਬੱਡੀ ਕੱਪ ਹੈ, ਜਿਹਦਾ ਪਹਿਲਾ ਨਾਮ 1 ਲੱਖ ਰੁਪਇਆ ਹੋਵੇਗਾ ਅਤੇ ਦੂਜਾ ਨਾਮ 75,000 ਰੁਪਇਆ ਹੋਵੇਗਾ। ਜਿੱਥੇ ਦੋਸਤੋ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 31-31,000 ਰੁਪਏ ਨਾਲ ਸਨਮਾਨ ਕੀਤਾ ਜਾਵੇਗਾ। ਅਗਲਾ ਕਬੱਡੀ ਕੱਪ ਪਿੰਡ ਬਲਟੋਆ, ਜ਼ਿਲ੍ਹਾ ਤਰਨ ਤਾਰਨ ਵਿੱਚ ਹੋਵੇਗਾ, ਜਿੱਥੇ ਦੋਸਤੋ ਆਲ ਓਪਨ ਦੀਆਂ 4 ਛੁੱਟੀ ਦੇ ਕਲੱਬਾਂ ਦੇ ਮੈਚ ਹੋਣਗੇ। ਜਿੱਥੇ ਦੋਸਤੋ ਪਹਿਲਾ ਨਾਮ 51,000 ਰੁਪਇਆ ਹੋਵੇਗਾ ਅਤੇ ਦੂਜਾ ਨਾਮ 41,000 ਰੁਪਇਆ ਹੋਵੇਗਾ। ਇੱਥੇ ਬੈਸਟ ਪ੍ਰਾਈਜ਼ ਗੋਲਡ ਦੀ ਰਿੰਗ ਹੋਵੇਗੀ। ਕਬੱਡੀ ਕੱਪ ਰਾਏਕੋਟ, ਜ਼ਿਲ੍ਹਾ ਪਿੰਡ ਵਿੱਚ ਹੋਵੇਗਾ, ਜਿੱਥੇ ਦੋਸਤੋ ਕਬੱਡੀ ਓਪਨ ਦੇ 3 ਖਿਡਾਰੀ ਬਾਹਰੋਂ, ਜਿੱਥੇ ਪਹਿਲਾ ਨਾਮ 71,000 ਰੁਪਇਆ ਹੋਵੇਗਾ ਅਤੇ ਦੂਜਾ ਨਾਮ 51,000 ਰੁਪਇਆ ਹੋਵੇਗਾ। ਬੈਸਟ ਰੇਡਰ ਬੈਸਟ ਜਾਫੀ ਨੂੰ 51,000 ਰੁਪਏ ਦਿੱਤਾ ਜਾਵੇਗਾ। ਅਗਲਾ ਕਬੱਡੀ ਕੱਪ ਦੋਸਤੋ ਪਿੰਡ ਮਹਿਲ ਕਲਾਂ, ਜ਼ਿਲ੍ਹਾ ਬਰਨਾਲੇ ਵਿੱਚ ਹੋਵੇਗਾ, ਜਿੱਥੇ ਦੋਸਤੋ ਕਬੱਡੀ ਨੈਸ਼ਨਲ ਸਟਾਈਲ ਦੇ 17 ਸਾਲ ਸਕੂਲੀ ਅਤੇ ਸਟਾਈਲਿਸ਼ ਦੇ ਮੈਚ ਹੋਣਗੇ। ਦੋਸਤੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ।